ਅਸੀਂ ਇਸ ਟਾਈਮ ਮੌਜੂਦ ਹਾਂ ਕੁਲਵੰਤ ਸਿੰਘ ਰਾਉਕੇ ਦੇ ਘਰੇ ਸਾਡੇ ਨਾਲ ਉਹਨਾਂ ਦੇ ਚਚੇਰੇ ਭਰਾ ਮਹਾ ਸਿੰਘ ਉਹ ਸਾਡੇ ਨਾਲ ਮੌਜੂਦ ਨੇ ਇਹਨਾਂ ਦੀ ਗੱਲ ਵੀ ਹੋਈ ਉਹਨਾਂ ਨਾਲ ਔਰ ਐਲਾਨ ਕੀਤਾ ਕਿ ਕੁਲਵੰਤ ਸਿੰਘ ਰਾਉਕੇ ਉਹ ਵੀ ਬਰਨਾਲਾ ਤੋਂ ਜਿਮਨੀ ਚੋਣਾ ਲੜਨਗੇ ਕੀ ਕਹਿਣਾ ਇਹਨਾਂ ਦਾ ਕਦੋਂ ਗੱਲ ਹੋਈ ਕੁਲਵੰਤ ਸਿੰਘ ਰਾਉਕੇ ਨਾਲ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਮਹਾ ਸਿੰਘ ਨਾਲ ਮਹਾ ਸਿੰਘ ਜੀ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਨਿਊਜ਼ 18 ਦੇ ਤੁਹਾਡੀ ਇੱਕ ਖਾਲ ਖਾਲ ਵਾਇਰਲ ਹੋਈ ਦੀ ਕਥਾ ਹੈ ਇੱਕ ਤੁਸੀਂ ਪੋਸਟ ਪਾਈ ਆ ਸੋਸ਼ਲ ਮੀਡੀਆ ਤੇ ਵੀ ਔਰ ਇੱਕ ਐਲਾਨ ਕੀਤਾ ਕਿ ਕੁਲਵੰਦ ਸਿੰਘ ਰਾਉਕੇ ਵੀ ਹੁਣ ਜਿਹੜੇ ਨੇ ਤੁਹਾਡੇ ਚਚੇਰੇ ਭਾਈ ਨੇ ਉਹਨਾਂ ਨੇ ਵੀ ਹੁਣ ਐਲਾਨ ਕੀਤਾ ਬਰਨਾਲਾ ਤੋਂ ਜਿਮਨੀ ਚੌਂ ਲੜਨ ਦਾ ਕਦੋਂ ਗੱਲਬਾਤ ਹੋਈ ਤੁਹਾਡੀ ਔਰ ਕਿਦਾਂ ਫਾਈਨਲ ਕੀਤਾ ਹੈ ਵੈਸੇ ਤਾਂ ਮੇਰੀ 7-8 ਦਿਨ ਤੋਂ ਕੁਲਵੰਦ ਸਿੰਘ ਨਾਲ ਗੱਲਬਾਤ ਹੋ ਰਹੀ ਆ ਤੇ ਕੱਲ ਉਹਨਾਂ ਨੇ ਬਰਨਾਲਾ ਤੋਂ ਜਿਮਨੀ ਚੌਂ ਲੜਨ ਦਾ ਜਿਹੜਾ ਉਹ ਫੈਸਲਾ ਡਨ ਕਰਤਾ ਤੇ ਐਲਾਨ ਕਰ ਦਿੱਤਾ ਤੇ ਜਿਹੜਾ ਉਹਨਾਂ ਦਾ ਚੋਣਾਂ ਲੜਨ ਦਾ ਮੇਨ ਮੋਟਿਵ ਆ ਉਹ ਹੈਗਾ ਸਰਕਾਰ ਦਾ ਜੋ ਜ਼ਬਰ ਆ ਜੋ ਦੂਰੀ ਐਨਐਸਏ ਲਗਾ ਕੇ ਸਿੱਖਾਂ ਉਪਰ ਇੱਕ ਸਿੱਖਾਂ ਨੂੰ ਚੈਲੰਜ ਕੀਤਾ ਗਿਆ ਵੀ ਸਿੱਖਾਂ ਨੂੰ ਅਸੀਂ ਧੱਕੇ ਨਾਲ ਬਿਨਾ ਬੇਕਸੂਰੇ ਸਿੱਖਾਂ ਨੂੰ ਰੱਖ ਸਕਦੇ ਆਂ ਸੀ ਤੇ ਉਹ ਮਨ ਸਿੱਖ ਕੌਂਸਲ ਫੈਸਲਾ ਕਰੇ ਵੀ ਸਿੱਖਾਂ ਵਾਲੇ ਪਾਸੇ ਕੜਨਾ ਜਾਂ ਹੋਰ ਪਾਸੇ ਕੜਨਾ ਹੈ ਕਿ ਲੱਗ ਰਿਹਾ ਕਿ ਅਗਰ ਚੋਣਾਂ ਦੇ ਵਿੱਚ ਖੜੇ ਹੁੰਦੇ ਆ ਚਾਹੇ ਬਰਨਵਾ ਜਿਮੀਨੀ ਚੋਣਾ ਜਾਂ ਇਸ ਤੋਂ ਪਹਿਲਾਂ ਭਗਵੰਤ ਸਿੰਘ ਬਾਜੇ ਕੇ ਪ੍ਰਧਾਨ ਮੰਤਰੀ ਦਾ ਵੀ ਆ ਖਬਰਾਂ ਚ ਆਇਆ ਉਹਨਾਂ ਦੇ بیٹے ਨੇ ਵੀ ਇੱਕ ਵੀਡੀਓ ਪਾਇਆ ਵੀ ਵਾਇਰਲ ਕੀਤੀ ਕਿ ਉਹ ਵੀ ਗਿੱਦੜਵਾਦ ਤੋਂ ਚੌਂ ਲੜਨਗੇ ਕਿ ਲੱਗਦਾ ਕਿ ਜੇਲ੍ਹ ਦੇ ਅੰਦਰ ਬਹਿ ਕੇ ਜਿਸ ਤਰ੍ਹਾਂ ਅਮਰਿਤਪਾਲ ਨੂੰ ਬਹੁਤ ਵੱਡੀ ਜਿੱਤ ਪ੍ਰਾਪਤ ਹੋਈ ਆ ਉਦਾਂ ਜਿੱਤ ਮਿਲ ਸਕਦੀ ਹੈ ਦੇਖੋ ਜੀ ਸਾਬ ਹੱਥ ਵੜਿਆਈਆਂ ਜਸਦੇਵ ਸੋ ਭਾਵੇ ਹਨ ਜਦੋਂ ਮਾਲਕ ਨੇ ਚਾਇਆ ਤਾਂ ਸਾਰਾ ਕੁਝ ਰਾਸਤੇ ਪਧਰੇ ਹੋ ਜਾਂਦੇ ਆ ਸਾਰੇ ਜਿਹੜੇ ਫੈਸਲੇ ਆਓ ਆਪਣੇ ਹੱਕ ਚ ਭੁਗਦੇ ਆ ਬਾਕੀ ਗੱਲ ਕੁਲਵੰਤ ਸਿੰਘ ਦੇ ਫਾਦਰ ਸਾਹਿਬ ਉਹ ਇੱਕ ਸ਼ਹੀਦ ਨੇ ਜਿਹੜੇ 1993 ਦੇ ਵਿੱਚ ਚੱਕੇ ਮੌਜੂਦਾ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਟੱਕੀਆਂ ਨਾਲ ਜਾ ਕੇ ਛੇੜ ਕੀਤੇ ਗਏ ਆ ਤੇ ਕਲਵਾਨ ਸਿੰਘ ਦੇ ਚਾਚਾ ਜੀ ਜੋ 1984 ਦੇ ਵਿੱਚ ਜੋ ਜੂਨ 1984 ਦੇ ਵਿੱਚ ਕੱਲੂਘਾਰਾ ਹੋਇਆ ਉੱਥੇ ਉਹਨਾਂ ਨੇ ਛੇੜੀ ਪ੍ਰਾਪਤ ਕੀਤੀ ਆ ਤੇ ਸੈਕ ਕੌਮ ਨੂੰ ਵੀ ਚਾਹੀਦਾ ਕਿ ਉਹ ਸ਼ੀਰ ਪਰਿਵਾਰਾਂ ਦੇ ਸਾਥ ਦੇਵੇ ਤੇ ਮੋੜੇ ਦਾ ਮੋੜਾ ਲਾ ਕੇ ਖੜੇ ਤੇ ਦੇਖੋ ਜੀ ਸੈਕ ਕੌਮ ਜਿਸ ਸੈਕ ਕੌਮ ਨਾਲ ਖੜੂਗੀ ਤਾਂ ਹੋਰ ਆਪਾਂ ਕਿਹਦੇ ਨਾਲ ਖੜਨਾਗੇ ਅਹ ਇਹ ਵੀ ਜਾਣਕਾਰੀ ਮਿਲੀ ਹੈ ਕਿ ਇਹਨਾਂ ਦੇ ਫਾਦਰ ਸਾਹਿਬ ਤੇ ਵੀ ਪਹਿਲਾਂ ਐਨਐਸਏ ਲੱਗਾ ਸੀ ਕਦੋਂ ਲੱਗਾ ਸੀਗਾ ਉਹਦੇ ਕੀ ਕਾਰਨ ਬੰਦੇ ਨੇ ਉਹਦੀ ਅ ਇਸ ਤਰ੍ਹਾਂ ਹੀ ਸਿੱਖ ਗਤੀਆਂ ਵਿੱਚ ਸੀਗੇ ਉਦੋਂ ਵੀ ਜ਼ਬਰਦਸਤ ਨਾਲ ਇਸੇ ਤਰ੍ਹਾਂ ਚੱਲ ਰਿਹਾ ਸੀਗਾ ਉਹਨਾਂ ਨੂੰ ਵੀ 1987 ਵਿੱਚ ਐਨਐਸਏ ਲਗਾ ਕੇ ਕਾਫੀ ਟਾਈਮ ਜੇਲ੍ਹ ਵਿੱਚ ਰੱਖਿਆ ਗਿਆ ਸੀਗਾ ਉਸ ਤੋਂ ਬਾਅਦ ਉਹ ਪਿੰਡ ਦੇ ਮੌਜੂਦਾ ਸਰਪੰਚ ਵੀ ਰਹੇ ਹੈ ਜੀ ਉਹ ਤੇ 3 ਕੁ ਮਹੀਨੇ ਉਹਨਾਂ ਨੇ ਸਰਪੰਚ ਕੀਤੀ ਸੀਗੀ ਤੇ ਉਸ ਤੋਂ ਬਾਅਦ 1993 ਦੇ 25 ਮਾਰਚ 1993 ਨੂੰ ਚੱਕ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀਗਾ ਅਕਿਤੇ ਇਸ ਤਰ੍ਹਾਂ ਦਾ ਨਹੀਂ ਕਿ ਜਿਵੇਂ ਅੰਮ੍ਰਿਤਪਾਲ ਭਾਈ ਅੰਮ੍ਰਿਤਪਾਲ ਸਿੰਘ ਨੇ ਜਿਮੜਗੜ੍ਹ ਜਿਲ੍ਹੇ ਦੇ ਵਿੱਚ ਬੈਠ ਕੇ ਲੋਕ ਸਭਾ ਚੋਣਾਂ ਲੜੀਆਂ ਤੇ ਭਗਵੰਤ ਸਿੰਘ ਬਾਜੇ ਕੇ ਨੂੰ ਜਾਂ ਕੁਲਵੰਤ ਸਿੰਘ ਨੂੰ ਵੀ ਲੱਗਦਾ ਹੋਵੇ ਕਿ ਅਸੀਂ ਵੀ ਉੱਥੇ ਬੈਠੇ ਅਗਰ ਚੋਣਾਂ ਲੜੀਏ ਤਾਂ ਜਿੱਤ ਪ੍ਰਾਪਤ ਕਰ ਸਕਦੇ ਹਾਂ ਵੱਡੀ ਦੇਖੋ ਜੀ ਜਿੱਤ ਪ੍ਰਾਪਤ ਤਾਂ ਮਹਾਰਾਜ ਦੀ ਬਖਸ਼ਿਸ਼ ਹੈ ਹਨਾ ਜਦੋਂ ਕੋਈ ਹੋਰ ਟਰ ਲੜਦੀ ਆ ਤੇ ਆਪਣਾ ਵੀ ਹੱਕ ਵੰਦਾ ਕਿ ਆਪਾਂ ਆਉ ਦੇ ਜਿਹੜੇ ਬេះ ਲੜਨਾ ਤਾਂ ਕੋਈ ਮੋਟਿਵ ਤਾਂ ਹੈ ਨਹੀਂ ਸਿਗਾ ਮੇਨ ਮੋਟਿਵ ਤੁਹਾਨੂੰ ਦੱਸਦਾ ਵੀ ਜਿਹੜਾ ਜਬਰ ਆ ਜਬਰ ਖਿਲਾਫ ਲੜਨਾ ਸੀ ਅਸੀਂ ਸਰਕਾਰਾਂ ਖਿਲਾਫ ਨਹੀਂ ਲੜਨਾ ਜਿਹੜੇ ਜ਼ਬਰ ਕਰਾਂਗੇ ਸਰਕਾਰਾਂ ਉਹਨਾਂ ਦੇ ਖਿਲਾਫ ਲੜਨਾ ਇਹ ਤੁਹਾਡੀ ਗੱਲ ਤੁਸੀਂ ਕਹਿੰਦੇ ਪਹਿਲਾਂ ਵੀ ਹੋਈ ਸੀਗੀ ਗੱਲ ਵੀ ਹੋਈ ਸੀ ਕੀ ਕੀਆ ਕੀ ਸੀ ਉਹਨਾਂ ਨੇ ਕਿੰਨੇ ਮੁੱਦਿਆਂ ਨੂੰ ਲੈ ਕੇ ਜਿਹੜਾ ਲੋਕਾਂ ਦੇ ਵਿਚਾਉਣਗੇ ਜਾਂ ਕਿਸ ਚੀਜ਼ ਨੂੰ ਲੈ ਕੇ ਜਿਹੜਾ ਚੋਣ ਲੜਨ ਦੀ ਸੋਚੀ ਉਹਨਾਂ ਨੇ ਦੇਖੋ ਜੀ ਮੁੱਦੇ ਤਾਂ ਬਹੁਤ ਵੱਡੇ ਵੱਡੇ ਆ ਜਦੋਂ ਹੁਣ ਕੁਲਵੰਤ ਸਿੰਘ ਹੁਣੇ ਪਹਿਲਾਂ ਇਸ ਮੁੱਦਿਆਂ ਨੂੰ ਲੈ ਕੇ ਚੱਲੇ ਸੀ ਇੱਕ ਤਾਂ ਨਸ਼ਿਆਂ ਦਾ ਮੁੱਦਾ ਮੇਨ ਸੀ ਬਹੁਤ ਵੱਡਾ ਤੇ ਦੂਸਰਾ ਸੀਗਾ ਗਰੂਦੀਆਂ ਬੇਅਦਬੀਆਂ ਤੇ ਹੁਣ ਇਹ ਹੈਗਾ ਬੰਦੀ ਸਿੰਘਾਂ ਦਾ ਜੀ ਬੰਦੀ ਸਿੰਘਾਂ ਦੀਆਂ ਗੱਲਾਂ ਕਰਦੇ ਕਰਦੇ ਜਿਹੜੇ ਨੌਜਵਾਨ ਆ ਉਹਨਾਂ ਨੂੰ ਵੀ ਤੁਸੀਂ ਕਿਉਂ ਗੱਲਾਂ ਕਰਦੇ ਉਹਨਾਂ ਨੂੰ ਖੁਦ ਬੰਦੀ ਬਣਾ ਲਿਆ ਜਾਂ ਇਹਨਾਂ ਨੂੰ ਵੀ ਤੁਸੀਂ ਗੱਲ ਵੀ ਨਹੀਂ ਕਰ ਸਕਦੇ ਕੁੱਲ ਕੇ ਬੋਲ ਵੀ ਨਹੀਂ ਸਕਦੇ ਆਪਾਂ ਜੇ ਆਸ ਡੈਮੋਕ੍ਰੇਸੀ ਦੇ ਵਿੱਚ ਬੋਲ ਨਹੀਂ ਸਕਦੇ ਤੇ ਫਿਰ ਆਪਾਂ ਕਿੱਥੇ ਬੋਲ ਸਕਦੇ ਆਂ ਜੇ ਆਪਾਂ ਸੱਚ ਆਪਦੇ ਆਪ ਨੂੰ ਆਜ਼ਾਦ ਘਾਉਂਦੇ ਆ ਤਾਂ ਉਹ ਇਹਨਾਂ ਸਿੰਘਾਂ ਨੂੰ ਦੇਖ ਕੇ ਸੋਚ ਸਕਦੇ ਆ ਮਹਿਸੂਸ ਕਰ ਸਕਦੇ ਵੀ ਆਪਾਂ ਆਜ਼ਾਦ ਹੈਗੇ ਆ ਜਾਂ ਨਹੀਂ ਹੈਗੇ ਆ ਤੇ ਜਿਹੜੇ ਕਾਨੂੰਨਾਂ ਦੇ ਖਿਲਾਫ ਭਗਤ ਸਿੰਘ ਹੁਣੇ ਗੋਰੀਆਂ ਨਾਲ ਲੜਦੇ ਰਹੇ ਆ ਵੀ ਇਹ ਕਾਲੇ ਕਾਨੂੰਨਾਂ ਵੀ ਅਪਾਇ톨 ਗੋਰੀਆ ਨੂੰ ਵਾਰ ਕਰਨਾ ਜਿਵੇਂ ਕਾਲੇ ਪਾਣੀ ਦੇ ਜੇਹਲਾ ਉਸੇ ਕਾਨੂੰਨਾਂ ਦੇ ਤਹਿਤ ਇਹ ਅੱਜ ਦੀਆਂ ਸਰਕਾਰਾਂ ਜਲ ਰਹੇਗਾ ਜੀ ਜਿਹੜੇ ਉਸ ਟਾਈਮ ਕਾਲੇ ਪਾਣੀ ਭੇਜਦੇ ਸੀਗੇ ਹੁਣ ਉਸੇ ਤਰ੍ਹਾਂ ਇਹ ਡਿਬਰੂਗੜ੍ਹ ਦੀਆਂ ਜੇਹਲਾਂ ਕਾਲੇ ਪਾਣੀ ਸਾਡੇ ਵੱਾਸਤੇ ਕਿਉਂਕਿ ਪੰਜਾਬ ਤੋਂ 28-2900 ਕਿਲੋਮੀਟਰ ਦੂਰ ਪਹਿਲੀ ਗੱਲ ਤਾਂ ਪਰਿਵਾਰਾਂ ਵਾਸਤੇ ਜਾਣਾ ਹੀ ਬਹੁਤ ਮੁਸ਼ਕਲ ਹੈ ਜੀ ਉੱਥੇ ਹਨਾ ਤੇ ਦੂਜੀ ਗੱਲ ਐਨਐਸਐਸ ਹਾਲ ਦੀ ਲਾਈ ਸੀ ਉਸ ਤੋਂ ਬਾਅਦ ਦੋਹਰਿਆਂ ਐਨਐਸਐਸ ਲਾਜ਼ਮੀ ਉਹ ਉਦੋਂ ਵੀ ਵੱਡਾ ਚੈਲੰਜ ਅਸੀਂ ਖਾ ਵਾਸਤੇ ਵੀ ਸੋਡੇ ਵਾਸਤੇ ਜਦੋਂ ਇਨਸਾਫ ਦੇ ਸਾਰੇ ਰਸਤੇ ਬੰਦ ਹੋ ਜਾਂਨ ਫਿਰ ਇੱਕੋ ਇੱਕ ਰਸਤਾ ਬਚਦਾ ਉਹ ਹੈਗਾ ਸੱਚੇ ਪਾਤਸ਼ਾਹ ਦਾ ਤੇ ਸਿੱਖਾਂ ਦੀ ਜਿਹੜੀ ਸਿੱਖਾਂ ਦੇ ਅੱਗੇ ਜਾਵਾਂਗੇ ਸਿੱਖਾਂ ਦੇ ਅੰਚ ਉਹਨਾਂ ਅੱਗੇ ਝੋਲੀ ਓਟਾਂਗੇ ਵੀ ਜਾ ਕੇ ਤੁਸੀਂ ਇਨਸਾਫ ਕਰੋ ਜਿਹੜੀ ਸੇਕ ਕੌਮ ਆ ਉਹ ਹੋ ਹਮੇਸ਼ਾ ਛੀਤ ਪਰਿਵਾਰਾਂ ਦੀ ਬਾਹ ਫੜਦੀ ਆਈ ਆ ਤੇ ਮੈਨੂੰ ਲੱਗਦਾ ਹੁਣ ਵੀ ਹਮੇਸ਼ਾ ਹਮੇਸ਼ਾ ਦੀ ਤਰ੍ਹਾਂ ਬਾਹ ਫੜੂਗੀ ਬਟ ਇਹ ਤੁਹਾਡੀ ਗੱਲ ਹੋਈ ਹੈ ਕੁਲਵੰਤ ਸਿੰਘ ਜੀ ਨਾਲ ਉਹਨਾਂ ਨੇ ਦੱਸਿਆ ਕੋਈ ਭਾਈ ਅਮਰਿਤਪਾਲ ਸਿੰਘ ਨਾਲ ਕੋਈ ਗੱਲ ਹੋਈ ਹੋਵੇ ਜਾਂ ਇਸ ਟੌਪਿਕ ਤੇ ਕਿ ਚੋਣਾਂ ਲੜਨੇ ਆ ਜਿਸ ਤਰ੍ਹਾਂ ਭਗਵਾਨ ਸਿੰਘ ਬਾਜੇ ਕੇ ਦੇ ਪਰਿਵਾਰ ਬੇਟਾ ਕਹਿ ਰਿਹਾ ਸੀਗਾ ਕਿ ਦੁਬਾਰਾ ਗੱਲ ਕੀਤੀ ਜਾਏਗੀ ਉਹਨਾਂ ਨਾਲ ਸਲਾਹ ਕੀਤੀ ਜਾਏਗੀ ਇਹ ਸਾਰੀਆਂ ਗੱਲਾਂ ਹੋ ਚੁੱਕੀਆਂ ਉੱਥੇ ਭਾਈ ਅਮਰਿਤਪਾਲ ਸਿੰਘ ਨਾਲ ਜਾਂ ਕਿਸੇ ਜੱਥੇਬੰਦੀ ਨਾਲ ਨਹੀਂ ਪ੍ਰਧਾਨ ਮੰਤਰੀ ਬਾਜੇ ਕੇ ਨਾਲ ਉਹਨਾਂ ਦੇ ਪਰਿਵਾਰ ਨਾਲ ਮੇਰੀ ਕੋਈ ਗੱਲ ਨਹੀਂ ਹੋਈ ਕਲਵਾਨ ਸਿੰਘ ਨਾਲ ਮੇਰੀ ਗੱਲ ਹੋਈ ਆ ਉਹਨਾਂ ਨਾਲ ਭਾਈ ਸਾਹਿਬ ਨਾਲ ਗੱਲ ਹੋਈ ਆ ਉਹਨਾਂ ਨੇ ਇਹ ਫੈਸਲਾ ਡਨ ਕੀਤਾ ਕਰਕੇ ਫੇਰ ਹੀ ਇਹ ਫੈਸਲਾ ਲਿਆ ਗਿਆ ਨਹੀਂ ਕਲਵਾਨ ਸਿੰਘ ਉਹਨੇ ਕੱਲੇ ਆਲੇ ਫੈਸਲਾ ਨਹੀਂ ਲਿਆ ਇਹ ਸਾਰੀ ਟੀਮ ਨੇ ਫੈਸ ਇਹ ਰਹੀ ਅੱਗੇ ਵਧੇ ਆ ਇਹ ਫਾਈਨਲ ਡਿਸੀਜਨ ਹੈ ਕਿ ਇਹ ਚੋਣ ਜਿਹੜੇ ਬਰਨਾਲਾ ਤੋਂ ਜਿਮਲੀ ਚੋਂ ਲੜੇ ਆ ਹਾਂਜੀ ਫਾਈਨਲ ਡਿਸੀਜਨ ਹੈ ਪਰਿਵਾਰ ਦੇ ਵਿੱਚ ਕੌਣ ਕੌਣ ਆਇਆ ਪਰਿਵਾਰ ਦੇ ਵਿੱਚ ਗੱਲ ਹੋਈ ਕਿ ਕਿਸ ਤਰ੍ਹਾਂ ਤਿਆਰੀ ਕੀਤੀ ਜਾਏਗੀ ਇਹਨਾਂ ਚੋਣਾਂ ਦੀ ਤਿਆਰੀ ਦੇਖੋ ਜੀ ਤਿਆਰੀ ਤਾਂ ਸਿੱਖ ਕੌਮ ਨੇ ਕਰਨੀ ਆ ਸਿੱਖ ਜਥੇਬੰਦੀਆਂ ਨੇ ਕਰਨੀਆਂ ਬਾਕੀ ਉਹ ਸੱਜੇ ਪਾਤਸ਼ਾਹ ਨੇ ਕਰਨੀਆਂ ਤੇ ਅੱਗੇ ਤਰ੍ਹਾਂ ਜਿਵੇਂ ਭਾਈ ਸਰਬਜੀਤ ਸਿੰਘ ਨੇ ਸਾਥ ਦਿੱਤਾ ਸਿੱਖ ਕੌਮ ਨੇ ਉਸੇ ਤਰ੍ਹਾਂ ਸਿੱਖ ਕੌਮ ਇਹ ਸਿੱਧ ਪਰਿਵਾਰ ਦਾ ਵੀ ਸਾਥ ਦੇਗੀ ਜੀ ਬਾਕੀ ਪਰਿਵਾਰ ਦਾ ਕੀ ਕਹਿਣਾ ਤੁਸੀਂ ਪਰਿਵਾਰ ਚ ਰਹਿੰਦੇ ਹੋ ਪਰਿਵਾਰ ਚ ਹੋਰ ਕੌਣ ਬਣਾਇਆ ਉਹਨਾਂ ਦਾ ਕੀ ਕਹਿਣਾ ਕਿ ਇਹ ਜਿਹੜਾ ਫੈਸਲਾ ਲਿੱਤਾ ਚੋਣਾਂ ਲੜਨ ਦਾ ਇਹਨੂੰ ਕਿਸ ਤਰ੍ਹਾਂ ਦੇ ਕਿਉਂਕਿ ਕਲਵੰਤ ਸਿੰਘ ਦਾ ਫੈਸਲਾ ਸੀ ਕੋਈ ਵੀ ਕਦੇ ਮੋੜਿਆ ਨਹੀਂਗਾ ਜਿਵੇਂ ਕਲਵੰਤ ਸਿੰਘ ਇੱਕ ਬਹੁਤ ਸੱਚੀ ਸੁੱਚੀ ਰੂਹ ਕਹਿ ਲਿਆ ਪਾਣਾ ਕਿਸੇ ਅੱਜ ਤੱਕ ਉਹ ਬੰਦੇ ਨੇ ਕਿਤੇ ਬੱਚੇ ਦੇ ਲੇੜਾ ਵੀ ਨਹੀਂ ਮਾਰਿਆ